ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਕਰੋਨਾ ਦੀ ਅਪਡੇਟ ਤੇ ਜੇ ਗੱਲ ਕਰੋਨਾ ਦੀ ਕੀਤੀ ਜਾਵੇ ਤਾਂ ਪੂਰੇ ਭਾਰਤ ਦੇ ਵਿੱਚ ਜਿਹੜੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਆ ਉਹ 650 ਦਾ ਜਿਹੜਾ ਅੰਕੜਾ ਉਹਨੂੰ ਛੂ ਚੁੱਕੀ ਆ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ 33 ਹੋ ਚੁੱਕੀ ਆ, ਕਿਉਂਕਿ ਪੰਜਾਬ ਦੇ ਵਿੱਚ ਅੱਜ 2 ਨਵੇਂ ਮਰੀਜ਼ ਸਾਹਮਣੇ ਆਏ ਨੇਗੇ। ਇਸ ਦੇ ਨਾਲ ਹੀ ਪੂਰੇ ਭਾਰਤ ਦੇ ਵਿੱਚ 13 ਲੋਕ ਨੇ ਜਿਹੜੇ ਉਹ ਕਰੋਨਾ ਦੀ ਜਿਹੜੀ ਜੰਗ ਆ ਉਹ ਹਾਰ ਚੁੱਕੇ ਨੇਗੇ, 13 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ। ਇਸ ਦੇ ਨਾਲ ਹੀ ਅੱਜ ਦੇ ਦਿਨ ਦੀਆਂ ਕਈ ਵੱਡੀਆਂ ਖਬਰਾਂ ਵੀ ਰਹੀਆਂ, ਜਿੱਦਾਂ ਕਿ ਅੱਜ ਜਿਹੜੀ ਕੇਂਦਰ ਸਰਕਾਰ ਆ ਉਹਦੇ ਵੱਲੋਂ 1.70 ਲੱਖ ਕਰੋੜ ਰੁਪਏ ਦੀ ਜਿਹੜੀ ਰਾਹਤ ਰਾਸ਼ੀ ਦਿੱਤੀ ਗਈ ਆ ਲੋਕਾਂ ਨੂੰ, ਕਿਉਂਕਿ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਦੇ ਵਿੱਚ ਕੈਦ ਨੇਗੇ। ਇਹ ਲੋਕਡਾਊਨ ਪੂਰਾ ਦੇਸ਼ ਕੀਤਾ ਹੋਇਆ ਜਿਸਦੇ ਚੱਲਦਿਆਂ ਲੋਕਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ, ਜਿਸਦੇ ਚੱਲਦਿਆਂ ਅੱਜ ਕੇਂਦਰ ਦੀ ਸਰਕਾਰ ਵੱਲੋਂ ਜਿਹੜੇ ਵਿੱਤ ਮੰਤਰੀ ਨੇਗੇ ਉਹਨਾਂ ਨੇ ਕਾਫੀ ਐਲਾਨ ਕੀਤੇ ਨੇ। ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਸੀਗੀ ਕਿ ਜਿੱਥੇ ਪੂਰਾ ਭਾਰਤ ਲੋਕਡਾਊਨ ਕੀਤਾ ਹੋਇਆ ਉੱਥੇ ਹੀ ਜਿਹੜੇ ਸ਼ਰਾਬ ਠੇਕੇ ਨੇਗੇ ਉਹ ਖੁੱਲ੍ਹ ਰਹੇ ਸੀਗੇ, ਕਾਫੀ ਥਾਵਾਂ 'ਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਸੀਗੇ। ਅਤੇ ਬਟ ਅੱਜ ਹਰਿਆਣਾ ਸਰਕਾਰ ਨੇ ਅੱਜ ਇੱਕ ਵੱਡਾ ਫੈਸਲਾ ਲਿਆ, ਅੱਜ ਰਾਤ 12 ਵਜੇ ਤੋਂ ਬਾਅਦ ਜਿਹੜੇ 12 ਵਜੇ ਨੇਗੇ ਉਹ ਹਰਿਆਣਾ ਦੇ ਵਿੱਚ ਸ਼ਰਾਬ ਦੇ ਠੇਕੇ ਨੇ ਜਿਹੜੇ ਉਹ ਬੰਦ ਕੀਤੇ ਜਾ ਰਹੇ ਨੇਗੇ। ਇਹ ਇਸ ਦੇ ਨਾਲ ਹੀ ਜਿਹੜਾ ਕਰੋਨਾ ਦਾ ਜਿਹੜਾ ਕਹਿਰ ਆ ਉਹ ਸਾਡੇ ਦੇਸ਼ 'ਤੇ ਲਗਾਤਾਰ ਜਿਹੜਾ ਉਹ ਬਣਿਆ ਹੋਇਆ ਗਾ। ਹਾਲਾਂਕਿ ਕਾਫੀ ਖਬਰਾਂ ਵੀ ਆ ਰਹੀਆਂ ਨੇਗੀਆਂ, ਇਸ ਦੇ ਨਾਲ ਹੀ ਜਿਹੜਾ ਲੋਕਡਾਊਨ ਕੀਤਾ ਹੋਇਆ ਉਹਦੇ ਵਿੱਚ ਕਾਫੀ ਲੋਕ ਨੇ ਜਿਹੜੇ ਉਹ ਲੋਕਡਾਊਨ ਦਾ ਸਾਥ ਦੇ ਰਹੇ ਨੇਗੇ, ਪਰ ਕਾਫੀ ਲੋਕ ਨੇ ਜਿਹੜੇ ਹਾਲੇ ਵੀ, ਕਿਉਂਕਿ ਕਈ ਥਾਵਾਂ ਤੋਂ ਖਬਰਾਂ ਆਈਆਂ ਨੇਗੀਆਂ ਜਿੱਥੇ ਬੀਤੇ ਕੱਲ੍ਹ ਵੀ ਖਬਰਾਂ ਆਈਆਂ ਸੀਗੀਆਂ ਕਿ ਪੁਲਿਸ ਦੀ ਅਤੇ ਕੁਛ ਲੋਕਾਂ ਦੀ ਝੜਪ ਵੀ ਹੋ ਗਈ ਸੀਗੀ। ਇਸ ਦੇ ਨਾਲ ਹੀ ਕੱਲ੍ਹ ਜਲੰਧਰ ਦੇ ਵਿੱਚ ਲੋਕਡਾਊਨ ਦੇ ਦੌਰਾਨ ਗੋਲੀ ਤੱਕ ਚੱਲ ਗਈ ਸੀਗੀ। ਇਸ ਦੇ ਨਾਲ ਹੀ ਕਾਫੀ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਇਸ ਦੇ ਨਾਲ ਨਾਲ ਜਿਹੜੀਆਂ ਕੁਛ ਕੁ ਅਫਵਾਹਾਂ ਨੇ ਉਹ ਵੀ ਲਗਾਤਾਰ ਜਿਹੜੀਆਂ ਫੈਲਦੀਆਂ ਜਾ ਰਹੀਆਂ ਨੇ, ਜਿਸ ਦੇ ਚੱਲਦਿਆਂ ਅਸੀਂ ਚੱਕਦੇ ਟੀਵੀ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ, ਕਿਉਂਕਿ ਜੇ ਤੁਹਾਡੀ ਜਾਨ ਆ ਤਾਂ ਹੀ ਜਹਾਨ ਆ। ਅਤੇ ਇਸ ਦੇ ਨਾਲ ਹੀ ਜਿਹੜੀਆਂ ਅਫਵਾਹਾਂ ਨੇ ਉਹਨਾਂ ਤੋਂ ਬਚੋ, ਜਿੰਨਾ ਬਚ ਸਕਦੇ ਉਹਨਾਂ ਤੋਂ ਬਚੋ, ਕਿਉਂਕਿ ਇੱਕ ਅਫਵਾਹ ਜਿਹੜਾ ਬੰਦੇ ਦਾ ਦਿਮਾਗ ਆ ਉਹਨੂੰ ਕਿਤੋਂ ਕਿਤੇ ਲੈ ਜਾਂਦੀ ਆ, ਜਿਸ ਦੇ ਚੱਲਦੇ ਆ ਸਾਡੇ ਜਿਹੜੇ ਨਿਊਜ਼ ਚੈਨਲ ਨੇ ਉਹ ਲਗਾਤਾਰ ਤੁਹਾਨੂੰ ਪਲ ਪਲ ਦੀ ਜਿਹੜੀ ਖਬਰ ਨੇ ਉਹ ਦੇ ਰਹੇ ਨੇ। ਅਤੇ ਅਸੀਂ ਚੱਕਦੇ ਟੀਵੀ ਦੀ ਟੀਮ ਤੁਹਾਡੇ ਨਾਲ ਇੱਕ ਵਾਰ ਫਿਰ ਜੁੜੂਗੀ ਤਾਜ਼ਾ ਅਪਡੇਟ ਲੈ ਕੇ।